ਹੁੰਦਾ ਸਾਡੇ ਅਮਨ ਚੈਨ ਤੇ ਸ਼ਾਂਤੀ ਦਾ ਸੰਗੀਤ ਪਰ ਅਸੀਂ ਫਿਰ ਵੀ ਤੌਬਾ ਨਹੀਂ ਕਰਦੇ ਮੇਰੇ ਭਾਰਤ ਮਹਾਨ ਦੀ ਭੋਲੀ ਜਨਤਾ ਇਹਨੂੰ ਜਿੰਨਾ ਮਰਜ਼ੀ ਸਮਝਾ ਲਓ ਫੇਰ ਨਹੀਂ ਸਮਝਦੀ ਅੱਖੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ ਉਹ ਗਰਾਊਂਡ ਤੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖੋ ਵੀ ਸਾਥੀਓ ਦਿਖਾਓ ਵੀ ਸਾਥੀਓ ਗੰਦੀਆਂ ਨਾ ਕੱਟੋ ਬੜਾ ਗੰਭੀਰ ਮਸਲਾ ਹੈ ਧਿਆਨ ਨਾਲ ਸੁਣੋ ਆਹ ਜਿਹੜੇ ਪੋਲੋਥੀਨ ਹੁੰਦੇ ਆ ਨਾ ਪੰਜਾਬਾ ਪੋਲੋਥੀਨ ਨਾਲ ਕੀ ਕਹਿੰਦੇ ਤੁਸੀਂ ਇਹਨਾਂ ਨੂੰ ਅੱਛਾ ਅੱਛਾ ਫਲਾਫੇ ਫਲਾਫੇ ਆਹ ਜਿਹੜੇ ਮੋਮ ਜਾਮੇ ਫਲਾਫੇ ਹੁੰਦੇ ਆ ਨਾ ਇਹ ਤੁਹਾਡੇ ਸਹੁਰਿਆਂ ਵਾਸਤੇ ਬਹੁਤ ਖਤਰਨਾਕ ਨੇ ਲੈ ਸੰਧੀਆਂ ਨਾ ਕੱਢੋ ਦੇਖੋ ਦਿਖਾਓ ਉਹ ਮੇਰਾ ਮਤਲਬ ਹੈ ਸਮਝੋ ਸਮਝਾਓ ਉਹ ਆ ਜਿਹੜੇ ਮੋਮ ਜਾਮੇ ਫਲਾਫੇ ਹੁੰਦੇ ਆ ਇਹ ਨਾ ਤਾਂ ਪੂਰੀ ਤਰ੍ਹਾਂ ਗਲਦੇ ਨੇ ਤੇ ਨਾ ਹੀ ਖਤਮ ਹੁੰਦੇ ਨੇ ਸਾਲਾਂ ਵੱਡੀ ਧਰਤੀ ਹੇਠ ਪਏ ਰਹਿਣ ਨਾਲ ਵੀ ਉਹ ਇਹਨਾਂ ਦਾ ਕੁਝ ਨਹੀਂ ਵਿਗੜਦਾ ਤੇ ਤੁਸੀਂ ਲੋਕ ਇਹਨਾਂ ਨੂੰ ਐਂ ਸਿੱਟ ਦਿੰਦੇ ਹੋ ਹੈ ਫਿਰ ਇਹ ਹਵਾ ਰਾਹੀਂ ਉੱਡ ਕੇ ਨਾਲੀਆਂ ਚਲੇ ਜਾਂਦੇ ਨੇ ਨਾਲੀਆਂ ਰਾਹੀਂ ਹੁੰਦੇ ਹੋਏ ਗੱਡਰਾਂ 'ਚ ਪਹੁੰਚ ਜਾਂਦੇ ਨੇ ਗੱਡਰਾਂ ਜਾ ਕੇ ਅੱਡੇ ਅੱਡੇ ਖੁੱਲ ਜਾਂਦੇ ਨੇ ਫਿਰ ਸਾਰੇ ਪਾਣੀ ਨੂੰ ਬਲੋਕ ਕਰ ਦਿੰਦੇ ਨੇ ਫਿਰ ਉਹੀ ਬਲੋਕ ਹੋਇਆ ਪਿਆ ਪਾਣੀ ਤੁਹਾਡੇ ਘਰ 'ਚ ਬੈਕ ਆਉਂਦਾ ਹੈ ਗੰਦਾ ਪਾਣੀ ਮੁਸ਼ਕਿਲ ਹੈ ਉਸ ਨਾਲ ਤੁਹਾਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਨਾ ਬਾਪੂ ਨੇ ਤਾਂ ਘਰਾਂ ਦਾਰੂ ਪੀ ਪੀ ਕੇ ਢੇਰ ਲਾਇਆ ਹੋ
ਬਾਈ ਜੀ ਕੀੜਾ ਲੱਗਿਆ ਬੜਾ ਭਿਆਨਕ, ਇਹ ਸਾਰੀ ਖਾਜੂ ਸਬਜ਼ੀ। ਕੀਟਨਾਸ਼ਕ ਨਾਲ ਕੀੜਾ ਮਰ ਜੂ, ਵਧੀਆ ਹੋ ਜੂ ਸਬਜ਼ੀ। ਔਰ ਰੈਸਪਰੇਟਡ ਦੇ ਕੀੜੇ ਮਾਰੂ, ਖਤਮ ਕਰੂ ਨਾਲੇ ਕਬਜ਼ੀ। ਉਹ ਬੰਦੇ ਸਾਡੇ ਛੋਟਿਆਂ ਵਰਗੇ, ਉਹ ਕਿੱਥੇ ਨਹੀਂ ਹੁੰਦੀ ਅਲਰਜੀ। ਉਹ ਤੁਸੀਂ ਲੋਕ ਤਾਂ ਬਸ ਆਪਣਾ ਹੀ ਫਾਇਦਾ ਸੋਚਦੇ ਹੋ, ਔਰ ਤੇਰਾ ਫਾਇਦਾ ਸੋਚੀ ਹੁਣ। ਉਹ ਸਾਡੇ ਪਿੰਡਾਂ ਦਾ ਡਾਕਟਰ ਆ ਗਿਆ। ਉਹ ਡਾਕਟਰ ਸਾਹਿਬ ਤੁਸੀਂ ਆ ਸਮਝਾਓ ਕੁਦਰਤ ਦਾ ਕਿੰਨਾ ਨੁਕਸਾਨ ਕਰ ਰਿਹਾ। ਧੱਕੇ ਪਏ ਖਾਣ, ਉਹ ਤੁਹਾਡੀਆਂ ਜੇਬਾਂ ਭਰ ਗਿਆ, ਹੁਣ ਸਾਨੂੰ ਕੀ ਖਾ ਕੇ ਕਰੀ।